ਜਥੇਦਾਰ ਜੀ ਤੁਹਾਨੂੰ ਮੈਂ ਕੀ ਕਿਹਾ ਜਥੇਦਾਰ? ਹਾਂਜੀ ਕੋਈ ਨੀ ਗੱਲ ਤਾਂ ਬੋਲਿਆ ਬਹਿ ਕੇ ਗੱਲ ਕਰਦੇ ਹਾਂ ਮਾੜਾ ਲਵੇ ਨੀ ਬੋਲਿਆ ਇੱਕ ਮਿੰਟ ਭਾਜੀ, ਜਦੋਂ ਆਪਾਂ ਕਿਸੇ ਬੰਦੇ ਨੂੰ ਇਟਲੀ ਦਾ ਕਿਹਾ ਵਾ, ਠੀਕ ਹੈ ਜੀ, ਉਹ ਤੇ ਬੰਦਾ ਤਿਆਰ ਸੀ ਅੱਗੋਂ ਕੋਈ ਰਿਸੀਵ ਕਰਨੀ ਆ, ਉਹ ਤੇ ਵਿਚਾਰਾ ਅੱਧ ਵਿਚਾਲੇ ਰਹਿ ਗਿਆ ਭਾਜੀ। ਹੁਣ ਪੰਜਾਹ ਹਜ਼ਾਰ ਦੀ ਗੱਲ ਕਰਨੀ ਬਸ, ਤੇ ਤੋਂ ਲੈਣਾ 50000 ਰੁਪਏ ਤੇ ਲੈਣਾ, ਪੰਜਾਬੀ ਦੀ ਗੱਲ ਇਹ ਆ। ਬਸ ਖੜੇ ਆ ਫਿਰ ਕੋਈ ਖੜਾ ਵਾ, ਖੜਾ ਨਾ, ਕੋਈ ਗੱਲ ਨਹੀਂ, ਜਦੋਂ ਮਿਲ ਕੇ ਚੱਲ ਜਾਾਂਗੇ, ਕੋਈ ਗੱਲ ਨਹੀਂ, ਕੋਈ ਕਹਾਣੀ ਨਹੀਂ ਖੜਾ ਰਹਿ। ਤੂੰ ਕੀ ਤੁਹਾਡਾ ਮਤਲਬ ਕਿ ਦੁਬਈ ਦੇ ਟਿਕਟ ਵੀਜ਼ਾ ਲਈਏ ਬਾਹਰ ਜਾਈਏ? ਤੂੰ ਕੀ ਭੇਜ ਦੁਬਈ? ਤੂੰ ਦੁਬਈ ਕਾ ਭੇਜ? ਤੂੰ ਦੁਬਈ ਕਾ ਭੇਜ? ਲੈਕਸ 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 ਤੂੰ ਭੇਜ ਸਾਨੂੰ ਜਾਂ ਨਾਲ ਬੋਲ? ਤੂੰ ਗੱਲ ਕਰ, ਨਹੀਂ ਤੂੰ ਗੱਲ ਕਰਦਾ, ਤੂੰ ਦੁਬਈ ਨਹੀਂ ਕੀਤੀ ਆ? ਤੂੰ ਗੱਲ ਇਟਲੀ ਕਰਕੇ ਭੇਜਦਾ ਦੁਬਈ, ਤੂੰ ਠੱਗੀ ਮਾਰਦਾ ਕਿ ਅਸੀਂ ਮਾਰਦੇ? ਚਲੋ ਕੋਈ ਗੱਲ ਨਹੀਂ, ਤੂੰ 50000 ਰੁਪਏ ਇੱਥੇ, ਓਏ ਇੱਥੇ ਦਰੀਆਂ ਵਿਛਾਓ, ਦਰੀਆਂ ਵਿਛਾਓ, ਇੱਥੇ ਤੇ ਬਹੁਤ ਬਣਾਈ ਇਹਨਾਂ ਸਾਨੂੰ ਚੰਗੇ ਬਣਾ ਦੋ ਨਾਲ, ਤੂੰ 50000 ਰੁਪਏ ਲੈ ਲੈ, ਮੇਰੀ ਗੱਲ ਸੁਣ ਲੋ, ਇੱਕ ਬੇਚਾਰੇ ਨੇ ਸ਼ੁਕਰ ਆ ਇੰਨਾ ਕਿਉਂ ਵਾਪਸ ਆ ਗਿਆ, ਇੰਨਾ ਸ਼ੁਕਰ ਵਾਪਸ ਆ ਗਿਆ, ਟਿਕਟ ਵੀ ਤਾਂ ਮੈਂ ਤਾਂ ਘੁੰਮ ਫਿਰ ਕੇ ਆ ਜਾਓ, ਸਾਨੂੰ ਪੈਸੇ ਦੇ ਦੋ ਜੀ, ਸਾਰੇ 10 ਬੰਦੇ ਨੂੰ ਉਹਨੂੰ ਅੱਗੋਂ ਰਿਸੀਵ ਨਹੀਂ ਕੋਈ ਕਰਨਾ ਆ, ਤੁਸੀਂ ਕਿਹਾ ਬੰਦਾ, ਤੁਸੀਂ ਕਿਹਾ ਬੰਦਾ, ਤੁਸੀਂ ਕਿਹਾ ਬੰਦਾ ਕੋਲ ਲੈਣ ਆਊਗਾ, ਕੋਈ ਬੰਦਾ ਲੈਣ ਨਹੀਂ ਆਇਆ, 100 ਬੰਦੇ ਨੂੰ ਝੂਠਾ ਕਰਨ ਦਿਆਂ ਤੂੰ, ਠੀਕ ਸੰਗਤ ਦੀ ਆਈ ਸੀ, ਇੱਕ ਮਿੰਟ ਗੱਲ ਭਾਈ, ਤੁਸੀਂ ਰੋਲਾ ਪਾਉਂਦੇ ਹੋ ਸਾਰਿਆਂ ਨੂੰ, ਕਿਸਾਨ ਮੇਰੀ ਗੱਲ ਦਾ, ਹਾਂਜੀ ਤੁਸੀਂ ਤੋਂ ਆਏ ਸੀ, ਤੁਸੀਂ ਆਏ ਮੇਰੇ ਕੋਲ, ਹਾਂਜੀ ਤੁਸੀਂ ਆਏ ਸੀ 50 ਲਗੇ, ਆ ਤੂੰ ਆਏ ਸੀ ਮੇਰੇ ਕੋਲ, ਮੇਰੀ ਗੱਲ ਸੁਣ, ਅੱਜ ਮੇਰੇ ਤੁਹਾਨੂੰ ਪਤਾ ਕੀ ਗੱਲ ਹੋਈ ਆ, ਜਦੋਂ ਤੁਸੀਂ ਖੁਦ ਮੰਨੇ ਜੀ ਬੰਦਾ ਇਹਨਾਂ ਦੱਸਦੇ ਨਾ ਗੱਲ ਬਾਤ ਆ ਰਿਹਾ ਸਾਨੂੰ, ਉਹ ਇਹ ਤੋਂ ਆ ਕੇ ਕਹਿ ਰਿਹਾ ਤੁਸੀਂ ਖੁਦ ਮੰਨੇ ਜੀ ਵੀਜ਼ੇ ਦੇ ਪੈਸੇ ਲਿੱਤੇ ਆ, ਉਹ ਦੁਬਈ ਭੇਜਿਆ, ਦੈਟਸ ਆਲ, ਤੇ ਜਦੋਂ ਜਾਣਾ ਨਹੀਂ ਸੀ ਦੁਬਈ, ਗੱਲ ਭਾਈ ਕਿਹਾ ਕਿਉਂ ਆ, ਲੈ ਗਲਤੀ ਮੈਨੂੰ ਹੈ, ਗਲਤੀ ਹੈ ਤੇਰੀ, ਕੋਈ ਗਲਤੀ ਨਹੀਂ ਹੈਗੀ ਇਹਦੇ, ਮੇਰੀ ਗੱਲ ਸੁਣੀ, ਗੱਲ ਇੱਥੇ ਹੀ ਮੁੱਕਣੀ, ਇਹਦਾ ਵੀਰ ਦਾ ਹੱਕ ਇਹਨੂੰ ਦੇ ਦੇ, ਅਸੀਂ ਤੇਰੇ ਕੋਲ ਦੁਸ਼ਮਣ ਨਹੀਂ ਹੈਗੇ, ਅਸੀਂ ਤੇਰੇ ਕੋਲ ਦੁਸ਼ਮਣ ਨਹੀਂ ਹੈਗੇ, ਇਸ ਹੱਕ ਦਾ ਹੱਕ ਮੰਗੋ ਨਾ ਭਾਜੀ, ਹੱਕ ਮੰਗਦੇ ਆ ਹੱਕ ਮੰਗਦੇ, ਹੋਰ ਕੀ ਕਰਦੇ ਭਾਈ, ਜਾ ਤੂੰ ਬਈ ਨਹੀਂ ਗਿਆ, ਤੇਰੇ ਨਾਲ ਗੱਲ ਹੋਈ ਵੀ ਇਟਲੀ ਭੇਜਣ ਦੀ, ਹਾਂ ਉਹਨੂੰ ਫੋਨ ਲਾ, ਉਹਨੇ ਇੱਕ ਮਿੰਟ, ਉਹ ਬੰਦੇ ਨੂੰ ਫੋਨ ਲਾਉਣੇ ਆ, ਮੈਨੂੰ ਤੇਰੇ ਬੰਦਿਆਂ ਨੇ ਤਾਂ ਮੇਰੇ ਤੋਂ 2.5-3 ਲੱਖ ਰੁਪਇਆ ਮੰਗਿਆ, ਤੂੰ ਦੇ ਦਿੱਤਾ
ਮੈਂ ਕਦੋਂ ਦੇਣਾ ਚਲੇ ਗਏ ਫਰੋਡ ਚਲੋ ਫਰੋਡ ਏਅਰਪੋਰਟ ਤੋਂ ਨੀ ਲੈਣ ਆਏ ਨੀ ਸਿੱਧਾ ਪੈਸੇ ਮੰਗੀ ਜਾਂਦੇ ਯਾਰ 1,10,000 ਚ ਕਿਹੜਾ ਬੰਦਾ ਦੁਬਈ ਜਾਂਦਾ ਇੱਕ ਦੱਸ 1,10,000 ਚ ਕਿਹੜਾ ਬੰਦਾ ਜਾਂਦਾ ਮੈਂ ਲੈਂਦਾ ਨਹੀਂ ਯਾਰ ਉਹ 50,000 ਉਧਰ ਗਿਆ ਠੀਕ ਹੈ ਤੇਰੇ ਉਹ ਵੀ ਮੈਂ ਵੀਰੇ ਤੇਰੇ ਮੁੰਡੇ ਉਹ ਵੀ ਮੈਂ ਲੈ ਕੇ ਆਉਣੇ ਜਿਹੜੇ ਵਿਚਾਰੇ ਭੁਜੀਏ ਨਾ ਚਾਹ ਪੀਂਦੇ ਰਹੇ ਭੁਜੀਏ ਨਾ ਪਾਣੀ ਪੀਂਦੇ ਰਹੇ ਆ ਇਹ ਨਾ ਹੋਵੇ ਵੀ ਤੇਰਾ ਮੇਰਾ ਵੀਰ ਹਨਾ ਤੂੰ ਮੇਰਾ ਭਰਾ ਵਾ ਮੈਂ ਤੇਰਾ ਦੁਸ਼ਮਣ ਨਹੀਂ ਕੋਈ ਹੈਗਾ ਤੁਹਾਨੂੰ ਫਿਰ ਕਾਨੂੰਨ ਦਾ ਡਰ ਹੀ ਨਹੀਂ ਕਾਨੂੰਨ ਦਾ ਡਰ ਹੀ ਨਹੀਂ ਤੁਹਾਨੂੰ ਤੁਹਾਨੂੰ ਕੀ ਹੋ ਜਾਊਗਾ ਤੁਹਾਨੂੰ ਵੀਜ਼ਾ ਦਿੱਤਾ ਏ ਪੈਸੇ ਲੈਤੇ ਆ ਤੇ ਜਦੋਂ ਗੱਲ ਹੋਈ ਮੇਰੀ ਗੱਲ ਸੁਣੋ ਆਪਾਂ ਅੰਨੇ ਆ ਦੁਬਈ ਭੇਜ ਦੋ ਜਾ ਕੇ ਵਾਪਸ ਆ ਕੇ ਭਾਈ ਮੈਨੂੰ ਪੈਸੇ ਦੋ ਜਦੋਂ ਗੱਲ ਤੂੰ ਇਟਲੀ ਟਿਕਟ ਵੀਜ਼ਾ ਸਿਰੇ ਲਾ ਵੀਜ਼ਾ ਕਿੰਨੇ ਦਾ ਮਿਲਦਾ ਵੀਜ਼ਾ ਕਿੰਨੇ ਦਾ ਮਿਲਦਾ ਦੁਬਈ ਦਾ ਦੁਬਈ ਦਾ ਵੀਜ਼ਾ ਵੀਜ਼ਾ ਭਾਈ ਹੈ ਵੀਜ਼ਾ ਸਾਡੀ ਗੱਲ ਸੁਣ ਵੀਰ ਸਾਡੀ ਤੇਰੇ ਨਾਲ ਪੰਜਾਬੀ ਜਿਹੜੀ ਗੱਲ ਹੋਈ ਪੰਜਾਬੀ ਵਾਲੀ ਗੱਲ ਤੇ ਹੈ ਤੂੰ ਇਟਲੀ ਦੀ ਗੱਲ ਕਰਕੇ ਮੁੰਡਾ ਦੁਬਈ ਪਾਇਆ ਲਿਆ ਕੇ ਜਾਣ ਕੇ ਬਸ ਚੱਲ ਇੱਥੇ ਬਸ ਤੂੰ ਬਾਹਰ ਦੁਬਈ ਬਾਹਰ ਇੱਥੇ ਯਾਰ ਅਸੀਂ ਤੇ ਤੋਂ ਪੈਸੇ ਯਾਰ ਇਹ ਦੱਸ ਅੱਛਾ ਚੱਲ ਟੂਰਿਸਟ ਵੀਜ਼ਾ ਦਿੱਤਾ ਇੱਕ ਮਿੰਟ ਟੂਰਿਸਟ ਵੀਜ਼ਾ ਦਿੱਤਾ ਫਿਰ ਇੱਕ ਮਿੰਟ ਯਾਰ ਇੱਕ ਟੂਰਿਸਟ ਵੀਜ਼ਾ ਦਿੱਤਾ ਸੁਣ ਲਓ ਗੱਲ ਫਿਰ ਹੋਟਲ ਬੁਕਿੰਗ ਕੈਨਸਲ ਕਿਉਂ ਕਰਾਈ ਤੂੰ ਆਖਰੀ ਕਸਟਮਰ ਹੀ ਫਿਰ ਇਥੋਂ ਅੱਗੇ ਕਸਟਮਰ ਨੀ ਹੁੰਦਾ ਤੈਨੂੰ ਨਹੀਂ ਬਹੁਤ ਦਰਿਆ ਵਿਛਾ ਕੇ ਇੱਥੇ ਦਰਿਆ ਵਿਛਾ ਕਮਾਲ ਹੋ ਗਈ ਨਾ ਲੜਨਾ ਲੜਨਾ ਨਹੀਂ ਕੋਈ ਗੱਲ ਨੀ ਲੜਦਾ ਆ ਜਾ ਇੱਥੇ ਬਹੁਤ ਲੜਦੇ ਸਿਕੰਦਰ ਕੂਲ ਡਾਊਨ ਡਬਈ ਤੱਕ ਗੱਲ ਹੋਈ ਮੈਂ ਕਿਹਾ ਇਟਲੀ ਤੱਕ ਹੋਈ ਹੈ ਗੱਲ ਸੁਣ ਗੱਲ ਇਹਦੇ ਨਾਲ ਕਿੱਥੋਂ ਤੱਕ ਹੋਈ ਸੀ ਗੱਲ ਮੇਰੀ ਗੱਲ ਸੁਣੋ ਕਿਹੜਾ ਬੰਦਾ ਵਾ ਜਿਹੜਾ ਟੂਰਿਸਟ ਵੀਜ਼ਾ ਦੁਬਈ ਦਾ ਏਜੰਟਾਂ ਤੋਂ ਲਵਾਉਂਦਾ ਯਾਰ ਟੂਰਿਸਟ ਵੀਜ਼ਾ ਤਾਂ ਆਪ ਖੁਦ ਲੈ ਸਕਦਾ ਬੰਦਾ ਹਾਂ ਯਾਰ ਕਿਸੇ ਦੀ ਕੀ ਲੋੜ ਆ ਟੂਰਿਸਟ ਵੀਜ਼ਾ ਆਪ ਖੁਦ ਕਰ ਸਕਦੇ ਹਾਂ ਮੇਰੇ ਭਰਾ ਤੂੰ ਮੇਰਾ ਭਰਾ ਵਾ ਮੈਂ ਤੇ ਨਾ ਇਹਨਾਂ ਦਾ ਜੋ ਪੈਸਾ ਵਾ ਇਹਨਾਂ ਦਾ ਵਾਪਸ ਕਰ ਮੈਂ ਨੀ ਮੰਗਦਾ ਮੈਂ ਨੀ ਮੰਗਦਾ ਮੈਂ ਹੁਣ ਨੀ ਮੰਗਦਾ ਉਹ ਨਹੀਂ ਮੰਗ ਮੈਂ ਹੁਣ ਨੀ ਤੇ ਤੂੰ ਮੰਗਦਾ ਪੈਸੇ ਆਪਾਂ ਇੱਥੇ ਧਰਨਾ ਲਈਏ ਬਾਹਰ ਹਾਂ ਮੇਰਾ ਵੀ ਤੂੰ ਇੱਥੇ ਬਹਿ ਜਾ ਇੱਥੇ ਬਹਿ ਜਾ ਮੇਰਾ ਭਰਾ ਬਹਿ ਜਾ ਮੇਰਾ ਭਰਾ ਕੋਈ ਗੱਲ ਨਹੀਂ ਅਸੀਂ ਵੀ ਨੀ ਕਿਤੇ ਚਲੋ ਚਲੋ ਸੁਣੋ ਗੱਲ ਬਦਮਾਸ਼ੀ ਨਹੀਂ ਕਰਨਾ ਇਹ ਸਾਡੇ ਸਾਡਾ ਧੱਕਾ ਹੋਇਆ ਸਾਡੇ ਨਾਲ ਇੱਥੇ ਧੱਕਾ ਹੋਇਆ ਮੈਂ ਮੰਨਦਾ ਦਫ਼ਤਰ ਆ ਸਿੰਘ ਸਾਹਿਬ ਸਾਡੇ ਨਾਲ ਧੱਕਾ ਹੋਇਆ ਮੇਰੀ ਗੱਲ ਸੁਣੋ ਮੈਂ ਇੱਕ ਜਣਾ ਇੱਕ ਜਣਾ ਕਰਾਂ
ਇਕੱਲੇ ਇਕੱਲੇ ਗੱਲ ਕਰਦੇ ਆ ਦੱਸਿਆ ਨਹੀਂ ਅਸੀਂ ਇੱਕ ਇੱਕ ਜਣੇ ਕਰਾਂਗੇ ਇੱਕ ਇੱਕ ਜਣੇ ਹਾਂਜੀ ਦਰਿਆ ਵਿਛਾ ਦੋ ਕੇ ਕਿਸਾਨ ਜਥੇਬੰਦੀਆਂ ਸੀ ਕਿਸਾਨ ਆਏ ਮਤਲਬ ਥੋੜੀ ਕਿਸਾਨ ਜਥੇਬੰਦੀਆਂ ਸੜਕਾਂ ਤੇ ਬਹਿ ਜਾਓ ਪੈਸੇ ਦੇਣ ਲੱਗਿਆ ਕਿਸਾਨ ਜਥੇਬੰਦੀਆਂ ਤੋਂ ਪੁੱਛਿਆ ਇੱਕ ਮਿੰਟ ਸੁਣੋ ਮੇਰੀ ਗੱਲ ਦੱਸੋ ਦੱਸੋ ਤੁਸੀਂ ਜਿਸ ਵੇਲੇ ਮੁੰਡਾ ਦੁਬਈ ਭੇਜਣਾ ਸੀ ਹਾਂਜੀ ਉਸੇ ਕਿਸਾਨ ਜਥੇਬੰਦੀਆਂ ਨੂੰ ਪੁੱਛਿਆ ਸੀ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਨਜਾਇਜ਼ ਰਮਨ ਬੋਲਣਾ ਨੀ ਕਿਸੇ ਨੇ ਬੋਲਣਾ ਨੀ ਕਿਸੇ ਰਮਨ ਯਾਰ ਭਾਜੀ ਭਾਜੀ ਇੱਧਰ ਚੱਲ ਇੱਧਰ ਮੈਂ ਵੀ ਤੁਹਾਨੂੰ ਭਰਾਵਾਂਗਾ ਆਖ ਲਿਆ ਤੁਸੀਂ ਇੱਧਰ ਜਥੇਦਾਰ ਜੀ ਰੌਲਾ ਨੀ ਪਾਉਣਾ ਯਾਰ ਰਮਨ ਤੂੰ ਆ ਜਾ ਅੰਦਰ ਰਮਨ ਤੂੰ ਗੱਲਾਂ ਆਈ ਚੱਲ ਠੀਕ ਛੱਡ ਇਹ ਕਿਹਾ ਓਏ ਨਾ ਲੜੋ ਯਾਰ ਨਾ ਲੜੋ ਅਸੀਂ ਚਲੋ ਵੀਰ ਜੀ ਮੈਂ ਇਹਨੂੰ ਅੱਗੇ ਆਖਣ ਲਿਆ ਮੈਂ ਵੀਰੇ ਤੂੰ ਮੇਰਾ ਭਰਾ ਵਾ ਗਲਤ ਨੀ ਬੋਲਿਆ ਹਨਾ ਤਾਂ ਆਪਾਂ ਭਰਾ ਵਾ ਹਨਾ ਚਲੋ ਹੋ ਜਾਂਦਾ
ਤੁਹਾਨੂੰ ਅੰਦਰੋਂ ਮੈਂ ਆ ਕੇ ਮੈਂ ਸੁਣਦਾ ਰਿਹਾ ਤੁਹਾਡੇ ਤੁਸੀਂ ਇਧਰੋਂ ਦੇਖਦੇ ਪਏ ਸੀ ਮੈਂ ਦੇਖਿਆ ਤੁਹਾਨੂੰ ਜਥੇਦਾਰ ਜੀ ਹਾਂਜੀ ਕੀ ਮਾੜਾ ਲੱਗਦੀ ਇਹਨੂੰ ਕਿਦਾ ਬਦਤਮੀਜ ਬੰਦਾ ਮੈਂ ਕਿਹਾ ਮੈਂ ਜਾਣਾ ਕਹਿੰਦਾ ਤੂੰ ਹਿੱਲਣਾ ਨਹੀਂ ਯਾਰ ਮੇਰੀ ਰੋਟੀ ਖੜਾ ਗਰਮਜੋਸ਼ੀ ਗਰਮਜੋਸ਼ੀ ਹੋਏ ਆਓ ਸਿੰਘ ਸਾਹਿਬ ਇਧਰ ਆਓ ਜੀ ਕੀ ਮਾੜਾ ਬੋਲਿਆ ਜੀ ਉਹ ਨਾ ਬਾਹਰ ਨਾ ਲੱਗ ਪੈਸੀ ਜਾਂਦਾ ਪੈਸੀ ਜਾਂਦਾ ਵੈਸੇ ਕੀ ਹੋਏਗਾ ਜੀ ਉਹ ਮੁਲਾਜ਼ਮ ਹੈ ਸਰਕਾਰ ਦਾ ਮੁਲਾਜ਼ਮ ਹੈ ਮੇਰਾ ਪਰਸਨਲ ਮੁਲਾਜ਼ਮ ਤੇ ਹਾਂਜੀ ਤੁਹਾਡਾ ਨੇ ਦਿੱਤਾ ਆ ਹਾਂਜੀ ਉਹਦੀ ਡਿਊਟੀ ਬਾਹਰ ਮੇਰਾ ਗਨ ਮੈਣਾ ਮੈਨੂੰ ਕੋਈ ਧੱਕਾ ਮੁੱਕੀ ਕਰੋਗੇ ਕੁਛ ਹੋ ਗਏ ਉਹਦੀ ਜ਼ਿੰਮੇਵਾਰੀ ਉਹਦੀ ਡਿਊਟੀ ਹੈ ਜ਼ਿੰਮੇਵਾਰੀ ਬਦਤਮੀਜੀ ਆਹ ਵੇਖੋ ਜੀ ਪੰਜਾਬ ਜਨਾਬ ਇਹ ਗੱਲ ਨਾ ਕਰੋ ਤੁਸੀਂ ਇੱਕ ਮਿੰਟ ਖੜ ਲੈਂਦੇ ਫੋਨ ਕੋਈ ਗੱਲ ਨੀ ਜੀ ਕੋਈ ਗੱਲ ਨੀ ਜਨਾਬ ਕੋਈ ਗੱਲ ਨਹੀਂ ਲੱਗੇ ਕੋਈ ਗੱਲ ਨਹੀਂ ਆਹ ਵੇਖੋ ਜੀ ਪੰਜਾਬ ਪੁਲਿਸ ਏਜੰਟ ਦੀ ਸੈਰ ਲੈਂਦੀ ਹੋਈ ਤੁਸੀਂ ਬਹਿ ਜਾਓ ਤੁਸੀਂ ਤਿੰਨ ਜਣੇ ਅੰਦਰ ਲੈ ਜਾਓ ਭਾਜੀ ਤੁਸੀਂ ਤਿੰਨ ਅੰਦਰ ਲੈ ਜਾਓ ਅਸੀਂ ਬਹਿ ਜਾਂਦੇ ਇੱਥੇ ਤੁਸੀਂ ਦੋ ਤਿੰਨ ਜਣੇ ਅੰਦਰ ਲੈ ਜਾਓ ਜੀ ਅਸੀਂ ਬਹਿ ਜਾਂਦੇ ਬਿਲਕੁਲ ਜੀ ਬਿਲਕੁਲ ਦੇਖੋ ਸਾਡਾ ਵੀਰ ਆ ਗਿਆ ਜਿਹਦੇ ਥਰੂ ਪੈਸੇ ਸਾਰੇ ਇਧਰ ਉਧਰ ਗਏ ਕੰਟਰੋਲ ਰੂਮ ਸਦਣਾ ਫਿਰ ਆਪਾਂ ਨਹੀਂ ਨਹੀਂ ਆਪਾਂ ਵੀ ਸਾਦੇ ਆ ਆਪਾਂ ਇਸੇ ਵੀ ਸਾਦੇ ਆ ਫਿਰ ਤੁਸੀਂ ਕੰਟਰੋਲ ਰੂਮ ਸਦੋ ਜਿਹੜਾ ਸਦਣਾ ਪੈਸੇ ਖਾਂਦੇ ਆ ਠੀਕ ਹੈ ਜੀ ਉੱਥੇ ਬਾਹਰ ਆਓ ਸਾਰੇ ਲੋਕਾਂ ਨੂੰ ਪਤਾ ਲੱਗੇ ਫਿਰ ਠੀਕ ਹੈ ਜੀ ਇਹਨਾਂ ਨੂੰ ਪੈਸੇ ਖਾਂਦੇ ਆ ਬਾਹਰ ਦਾ ਇਟਲੀ ਦਾ ਲਾਰਾ ਲਾ ਕੇ ਤੇ ਪੈਸੇ ਖਾਂਦੇ ਇਹਨਾਂ ਨੇ ਆਹ ਸਾਰੇ ਬਾਹਰ ਖੜੋ ਇੱਥੇ ਆਹ ਇੱਥੇ ਇੱਥੇ ਲਾਓ ਧਰਨਾ ਲਾਓ ਇੱਥੇ ਇਹਨਾਂ ਨੂੰ ਪਤਾ ਆਹ ਠੱਗ ਬੈਠੇ ਤੁਹਾਡੇ ਲੱਗ ਇੱਥੇ ਬਣਾ ਇਹਨਾਂ ਦੀ ਵੀਡੀਓ ਆ ਇਹਨਾਂ ਦਾ ਇਹਨਾਂ ਦਾ ਜੀਐਮਸੀ ਟਰੈਵਲਸ ਇੱਥੇ ਲੈ ਗਿਆ ਇੱਥੇ ਦਰਿਆ ਲੈ ਗਿਆ ਇੱਥੇ ਆਹੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਟਰੈਵਲ ਵਿਖਾ ਇਹਨਾਂ ਦਾ ਜੀਐਮਸੀ ਟਰੈਵਲਸ ਇੱਧਰ ਲਿਆ ਇੱਧਰ ਲਿਆ ਹੁਣ ਦੱਸ ਇੱਧਰ ਦੱਸ ਕੀ ਆਉਂਦਾ ਤੁਹਾਨੂੰ ਅਸੀਂ ਆਏ ਹਾਂ ਇਹਦੇ ਤੋਂ ਇਹਨੇ ਹੁਣ ਦਬਕੇ ਮਾਰ ਕੇ ਬਾਹਰ ਕੱਢਿਆ ਸੀ ਇੱਥੋਂ ਬਾਹਰ ਕੱਢਿਆ ਸੀ ਤਾਂ ਚਾਚਾ ਤੇ ਮੈਂ ਆਏ ਹਾਂ ਆਹਦਾ ਜਿਹੜੀ ਮਰਜ਼ੀ ਪੁਲਿਸ ਨੂੰ ਕਹਿ ਦਿਓ ਮੇਰੀ